ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਗੜ ਸ਼ੰਕਰ ਦੇ ਕੋਲ ਜੋ ਬੰਗਿਆਂ ਨੂੰ ਸੜਕ ਜਾਂਦੀ ਹੈ ਜਾਂ ਬੰਗਿਆਂ ਤੋਂ ਆਨੰਦਪੁਰ ਸਾਹਿਬ ਵਾਲਾ ਮੇਨ ਸੜਕ ਰੋਡ ਹੈ ਉਹਦੇ ਉੱਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਚੌੜਾ ਡਗਾਮ ਕੋਟਪੱਲੀਆਂ ਵਿਖੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਦਾ ਅਸਥਾਨ ਬਣਿਆ ਹੋਇਆ। ਸੋ ਇੱਥੇ ਕਾਰ ਸੇਵਾ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਦੇ ਦਰਬਾਰ ਹਾਲ ਦੇ ਅੱਗੇ ਗੁਰਦੁਆਰਾ ਸਾਹਿਬ ਜੀ ਦਾ ਫਰੰਟ ਜਿਹੜਾ ਹੈ ਸੋ ਉੱਥੇ ਦਰਸ਼ਨੀ ਰੇਹੜੀ ਦੀ ਕਾਰ ਸੇਵਾ ਚੱਲ ਰਹੀ ਹੈ। ਕਰੀਬ ਚੌਥੀ ਮੰਜ਼ਿਲ ਦੇ ਲੈਂਟਰ ਦੀ ਤਿਆਰੀ ਹੋ ਚੁੱਕੀ ਹੈ। ਸੋ ਪੰਜਵਾਂ ਉੱਤੇ ਗੁੰਬਦ ਖੜਾ ਹੋਣਾ ਹੈ, ਤੁਸੀਂ ਦੇਖ ਰਹੇ ਹੋ ਸਾਰਾ ਕੁਝ ਕਿ ਕਿਸ ਤਰ੍ਹਾਂ ਸਾਡੇ ਸਾਰੇ ਮਿਸਤਰੀ ਸਾਹਿਬਾਨਾਂ ਨੇ ਸਾਡੇ ਫੋਰਮੈਨ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਜੋ ਕਿ ਤਰਨ ਤਾਰਨ ਤੋਂ ਇੰਜੀਨੀਅਰ ਹਨ ਉਹਨਾਂ ਦੀ ਦੇਖ ਰੇਖ ਹੇਠ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹੈੱਡ ਮਿਸਤਰੀ ਸਰਦਾਰ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੜੇ ਕਿ ਸਾਰੀ ਇਹ ਕਾਰ ਸੇਵਾ ਨਿਭਾ ਰਹੇ ਆ ਅਤੇ ਥੱਲਿਓਂ ਲੈ ਕੇ ਉੱਤੇ ਤੱਕ ਗੁਰਦੁਆਰਾ ਸਾਹਿਬ ਸਾਰਾ ਹੱਥੀਂ ਉਹਨਾਂ ਨੇ ਬਣਾਇਆ। ਸੋ ਚੌਥੀ ਮੰਜ਼ਿਲ ਦੇ ਲੈਂਟਰ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਸੋ ਇਹ ਜਿਹੜਾ ਘੇਰਾ ਬਣਿਆ ਹੋਇਆ ਸਾਰਾ ਇਹ ਪੰਜਵੀਂ ਮੰਜ਼ਿਲ ਦੇ ਉੱਤੇ ਗੁੰਬਦ ਗੁਰਦੁਆਰਾ ਸਾਹਿਬ ਜੀ ਦਾ ਤਿਆਰ ਹੋ ਰਿਹਾ। ਸੋ ਇਹਦੇ ਵਿੱਚ ਸਾਰੇ ਜਾਣਿਆਂ ਨੇ ਅੱਜ ਰਲ ਕੇ ਸਾਡੇ ਮਿਦਨ ਭਾਅ ਜੀ ਜੋ ਕਿ ਸਰੀਏ ਦੇ ਬੜੇ ਐਕਸਪਰਟ ਕਾਰੀਗਰ ਹਨ ਉਹਨਾਂ ਦੀ ਬੜੀ ਵੱਡੀ ਸੇਵਾ ਹੈ, ਉਹ ਸਾਰੀ ਸਰੀਏ ਦੀ ਸੇਵਾ ਉਹਨਾਂ ਨੇ ਨਿਭਾਈ ਹੈ। ਇਸੇ ਤਰ੍ਹਾਂ ਠੇਕੇਦਾਰ ਸਰਬਜੀਤ ਸਿੰਘ, ਇਸੇ ਤਰ੍ਹਾਂ ਠੇਕੇਦਾਰ ਦਿਲਬਾਗ ਸਿੰਘ ਡਗਾਮ ਤੋਂ ਸਾਡੇ ਪੰਮਾ ਭਾਅ ਜੀ ਜਪਾਨ ਵਾਲੇ ਅਤੇ ਸਾਡੇ ਹੋਰ ਜਿੰਦਰ ਭਾਅ ਜੀ ਜਿੰਨੇ ਵੀ ਸਾਡੇ ਸਾਰੇ ਨਾਲ ਸਹਿਯੋਗੀ ਹਨ ਸਾਰੇ ਰਲ ਕੇ ਇੱਥੇ ਸੇਵਾ ਨਿਭਾ ਰਹੇ ਹਨ। ਸੋ ਮਹਾਰਾਜ ਕਿਰਪਾ ਕਰਨ ਜਲਦੀ ਇਹ ਗੁਰਦੁਆਰਾ ਸਾਹਿਬ ਜੀ ਦਾ ਗੁੰਬਦ ਬਣੇ, ਇਮਾਰਤ ਤਿਆਰ ਹੋ ਜਾਵੇ। ਸੋ ਸਾਰੀਆਂ ਸੰਗਤਾਂ ਜਿਨ੍ਹਾਂ ਦਾ ਇਹਦੇ ਵਿੱਚ ਦੇਸ਼ਾਂ ਔਰ ਵਿਦੇਸ਼ਾਂ ਦੀਆਂ ਸੰਗਤਾਂ ਨੇ ਤਿਲ ਫੁੱਲ ਦਾ ਵੀ ਯੋਗਦਾਨ ਪਾਇਆ, ਭਾਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰੂ ਜੀ ਕਿਰਪਾ ਕਰਿਓ ਜਲਦੀ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੰਪਲੀਟ ਹੋ ਜਾਵੇ, ਸਾਰੀ ਸੇਵਾ ਸੰਪੂਰਨ ਕਰਾਇਓ। ਸ਼ਹੀਦੋ ਸਿੰਘੋ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਹ ਜਲਦੀ ਸਾਰੀ ਕਾਰ ਸੇਵਾ ਨਿਪਰੇ ਚੜ੍ਹੇ ਅਤੇ ਗੁਰੂ ਘਰ ਸੰਗਤ ਦੀ ਸੇਵਾ ਵਾਸਤੇ ਹਾਜ਼ਰ ਹੋਵੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਸਥਾਨ ਦੇ ਉੱਤੇ ਏਕ ਨੂਰ ਸਵੈ ਸੇਵੀ ਸੰਸਥਾ ਰਜਿਸਟਰਡ ਪਠਲਾਵਾ ਉਹਨਾਂ ਦੇ ਚੇਅਰਮੈਨ ਸਾਹਿਬ ਸਾਰੀ ਸੰਗਤ ਦਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਜਿਹੜੇ ਕਿ ਸਾਰੀ ਸੇਵਾ ਆਪਣੀ ਦੇਖ ਰੇਖ ਹੇਠ ਵਿੱਚ ਅਤੇ ਆਪਣੇ ਸਹਿਯੋਗ ਦੇ ਨਾਲ ਚਲਾ ਰਹੇ ਹਨ। ਏਕ ਨੂਰ ਸਵੈ ਸੇਵੀ ਸੰਸਥਾ ਜ਼ਿਲ੍ਹਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਗੜ ਸ਼ੰਕਰ ਦੇ ਕੋਲ ਜੋ ਬੰਗਿਆਂ ਨੂੰ ਸੜਕ ਜਾਂਦੀ ਹੈ ਜਾਂ ਬੰਗਿਆਂ ਤੋਂ ਆਨੰਦਪੁਰ ਸਾਹਿਬ ਵਾਲਾ ਮੇਨ ਸੜਕ ਰੋਡ ਹੈ ਉਹਦੇ ਉੱਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਚੌੜਾ ਡਗਾਮ ਕੋਟਪੱਲੀਆਂ ਵਿਖੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਦਾ ਅਸਥਾਨ ਬਣਿਆ ਹੋਇਆ। ਸੋ ਇੱਥੇ ਕਾਰ ਸੇਵਾ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਦੇ ਦਰਬਾਰ ਹਾਲ ਦੇ ਅੱਗੇ ਗੁਰਦੁਆਰਾ ਸਾਹਿਬ ਜੀ ਦਾ ਫਰੰਟ ਜਿਹੜਾ ਹੈ ਸੋ ਉੱਥੇ ਦਰਸ਼ਨੀ ਰੇਹੜੀ ਦੀ ਕਾਰ ਸੇਵਾ ਚੱਲ ਰਹੀ ਹੈ। ਕਰੀਬ ਚੌਥੀ ਮੰਜ਼ਿਲ ਦੇ ਲੈਂਟਰ ਦੀ ਤਿਆਰੀ ਹੋ ਚੁੱਕੀ ਹੈ। ਸੋ ਪੰਜਵਾਂ ਉੱਤੇ ਗੁੰਬਦ ਖੜਾ ਹੋਣਾ ਹੈ, ਤੁਸੀਂ ਦੇਖ ਰਹੇ ਹੋ ਸਾਰਾ ਕੁਝ ਕਿ ਕਿਸ ਤਰ੍ਹਾਂ ਸਾਡੇ ਸਾਰੇ ਮਿਸਤਰੀ ਸਾਹਿਬਾਨਾਂ ਨੇ ਸਾਡੇ ਫੋਰਮੈਨ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਜੋ ਕਿ ਤਰਨ ਤਾਰਨ ਤੋਂ ਇੰਜੀਨੀਅਰ ਹਨ ਉਹਨਾਂ ਦੀ ਦੇਖ ਰੇਖ ਹੇਠ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹੈੱਡ ਮਿਸਤਰੀ ਸਰਦਾਰ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੜੇ ਕਿ ਸਾਰੀ ਇਹ ਕਾਰ ਸੇਵਾ ਨਿਭਾ ਰਹੇ ਆ ਅਤੇ ਥੱਲਿਓਂ ਲੈ ਕੇ ਉੱਤੇ ਤੱਕ ਗੁਰਦੁਆਰਾ ਸਾਹਿਬ ਸਾਰਾ ਹੱਥੀਂ ਉਹਨਾਂ ਨੇ ਬਣਾਇਆ। ਸੋ ਚੌਥੀ ਮੰਜ਼ਿਲ ਦੇ ਲੈਂਟਰ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਸੋ ਇਹ ਜਿਹੜਾ ਘੇਰਾ ਬਣਿਆ ਹੋਇਆ ਸਾਰਾ ਇਹ ਪੰਜਵੀਂ ਮੰਜ਼ਿਲ ਦੇ ਉੱਤੇ ਗੁੰਬਦ ਗੁਰਦੁਆਰਾ ਸਾਹਿਬ ਜੀ ਦਾ ਤਿਆਰ ਹੋ ਰਿਹਾ। ਸੋ ਇਹਦੇ ਵਿੱਚ ਸਾਰੇ ਜਾਣਿਆਂ ਨੇ ਅੱਜ ਰਲ ਕੇ ਸਾਡੇ ਮਿਦਨ ਭਾਅ ਜੀ ਜੋ ਕਿ ਸਰੀਏ ਦੇ ਬੜੇ ਐਕਸਪਰਟ ਕਾਰੀਗਰ ਹਨ ਉਹਨਾਂ ਦੀ ਬੜੀ ਵੱਡੀ ਸੇਵਾ ਹੈ, ਉਹ ਸਾਰੀ ਸਰੀਏ ਦੀ ਸੇਵਾ ਉਹਨਾਂ ਨੇ ਨਿਭਾਈ ਹੈ। ਇਸੇ ਤਰ੍ਹਾਂ ਠੇਕੇਦਾਰ ਸਰਬਜੀਤ ਸਿੰਘ, ਇਸੇ ਤਰ੍ਹਾਂ ਠੇਕੇਦਾਰ ਦਿਲਬਾਗ ਸਿੰਘ ਡਗਾਮ ਤੋਂ ਸਾਡੇ ਪੰਮਾ ਭਾਅ ਜੀ ਜਪਾਨ ਵਾਲੇ ਅਤੇ ਸਾਡੇ ਹੋਰ ਜਿੰਦਰ ਭਾਅ ਜੀ ਜਿੰਨੇ ਵੀ ਸਾਡੇ ਸਾਰੇ ਨਾਲ ਸਹਿਯੋਗੀ ਹਨ ਸਾਰੇ ਰਲ ਕੇ ਇੱਥੇ ਸੇਵਾ ਨਿਭਾ ਰਹੇ ਹਨ। ਸੋ ਮਹਾਰਾਜ ਕਿਰਪਾ ਕਰਨ ਜਲਦੀ ਇਹ ਗੁਰਦੁਆਰਾ ਸਾਹਿਬ ਜੀ ਦਾ ਗੁੰਬਦ ਬਣੇ, ਇਮਾਰਤ ਤਿਆਰ ਹੋ ਜਾਵੇ। ਸੋ ਸਾਰੀਆਂ ਸੰਗਤਾਂ ਜਿਨ੍ਹਾਂ ਦਾ ਇਹਦੇ ਵਿੱਚ ਦੇਸ਼ਾਂ ਔਰ ਵਿਦੇਸ਼ਾਂ ਦੀਆਂ ਸੰਗਤਾਂ ਨੇ ਤਿਲ ਫੁੱਲ ਦਾ ਵੀ ਯੋਗਦਾਨ ਪਾਇਆ, ਭਾਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰੂ ਜੀ ਕਿਰਪਾ ਕਰਿਓ ਜਲਦੀ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕੰਪਲੀਟ ਹੋ ਜਾਵੇ,
सारी सेवा संपूर्ण करायो। शहीदों सिंह अपना मेहर प्रयास रख के ए जल्दी सारी कार सेवा निपरे चढ़े ते गुरु घर संगत दी सेवा वास्ते हाजिर होवे। सारिया संगतां दा बहुत बहुत धन्नवाद। वाहिगुरु जी का खालसा विशेष तौर ते धन्नवाद जेडे के सारी सेवा अपनी देख रेख हेठ विच ते अपने सहयोग दे नाल चला रहे हन। एक नूर स्वय सेवी संस्था जिला पठलावा जिला शहीद भगत सिंह नगर का भी बहुत बहुत धन्नवाद जी। वाहिगुरु जी का खालसा वाहिगुरु जी की फतेह।